ਲੱਖ ਲੱਖ ਪੋਸਟ ਪੈਂਫਲੇਟ ਪਾਇਆ ਆਪਾਂ ਪਹਿਲੇ ਹੱਲੇ ਜਦੋਂ ਜਲਿਆਂਵਾਲੇ ਬਾਗ ਤੋਂ ਤੁਰੇ ਐਂਡ ਟੀਚਾ ਰੱਖਿਆ ਵੀ ਆਪਾਂ ਮੁੱਖ ਮੰਤਰੀ ਦੀ ਕੋਠੀ ਤੱਕ ਸਾਈਕਲ ਮਾਰਚ ਕਰਨਾ ਬੜੀ ਗਰਮੀ ਸੀਗੀ ਮੈਂ ਸਲੂਟ ਕਰਦਾ ਤੁਹਾਡੀ ਡੈਡੀਕੇਸ਼ਨ ਪੰਜਾਬ ਪ੍ਰਤੀ ਅੱਜ ਇਸੇ ਕਰਕੇ ਪੂਰੀ ਪੂਰੀ ਦੁਨੀਆ 'ਚ ਵੱਸਦਾ ਪੰਜਾਬੀ ਤੁਹਾਨੂੰ ਬਲੈਸਿੰਗ ਦਿੰਦਾ ਕਿਉਂਕਿ ਗਰਾਊਂਡ ਜ਼ੀਰੋ ਦੇ ਉੱਤੇ ਜੇ ਕੋਈ ਇਮਾਨਦਾਰੀ ਦੀ ਅਪੋਜੀਸ਼ਨ ਕਰਦਾ ਤਾਂ ਦੋਸਤੋ ਤੁਸੀਂ ਹੋ ਜੇ ਕੋਈ ਇਮਾਨਦਾਰੀ ਦੇ ਨਾਲ ਸੰਗਤ ਦੀ ਸੇਵਾ ਕਰਦਾ ਕਰਪਸ਼ਨ ਦੇ ਖਿਲਾਫ਼ ਪਹਿਰੇਦਾਰੀ ਕਰਦਾ ਤਾਂ ਉਹ ਲੋਕ ਇਨਸਾਫ਼ ਪਾਰਟੀ ਹੈ ਪੰਜ ਰਾਤਾਂ ਆਪਾਂ ਤੰਬੂਆਂ 'ਚ ਰਹੇ ਮੀਡੀਆ ਦੇ ਜ਼ਰੀਏ ਪੈਂਫਲੇਟ ਦੇ ਜ਼ਰੀਏ ਪਿੰਡਾਂ ਦੇ ਲੋਕਾਂ ਨੂੰ ਸੈਂਕੜੇ ਪਿੰਡਾਂ 'ਚੋਂ ਦੀ ਨੰਗੇ ਹਜ਼ਾਰਾਂ ਲੋਕਾਂ ਨੂੰ ਐਡਰੈਸ ਕੀਤਾ ਐਂਡ ਬਹੁਤ ਵੱਡਾ ਇੱਕ ਜਾਗਰੂਕਤਾ ਅਭਿਆਨ ਸਟਾਰਟ ਹੋ ਗਿਆ ਆਪਾਂ ਡਿਮਾਂਡ ਕੀਤੀ CM ਸਾਹਿਬ ਦੇ ਰੈਜੀਡੈਂਸ 'ਚ ਆ ਕੇ ਮੁੱਖ ਮੰਤਰੀ ਸਾਹਿਬ ਉਤਰਿਆ ਵਿਦੇਸ਼ੀ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਤੋਂ ਬਾਹਰ ਆ ਜਾ ਵਿਧਾਨ ਸਭਾ ਦੇ ਵਿੱਚ ਜਿਹੜੀ ਪਾਵਰ ਵਿਧਾਨ ਸਭਾ ਦੇ ਕੋਲ ਆ ਇਹ ਖੇਤੀ ਸੁਧਾਰ ਆਰਡੀਨੈਂਸ ਸਾਡਾ ਸੰਘੀ ਢਾਂਚਾ ਮੁਲਕ ਆ ਇੱਥੇ ਕੇਂਦਰ ਅਤੇ ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਆ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਸੰਵਿਧਾਨ ਐਸਾ ਦੇ ਕੇ ਗਿਆ ਕਿ ਸਾਡਾ ਸੰਘੀ ਢਾਂਚਾ ਫੈਡਰਲਿਜ਼ਮ ਮਜ਼ਬੂਤ ਹੋਵੇ ਇਹ ਖੇਤੀ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਮੋਦੀ ਗਵਰਨਮੈਂਟ ਕੋਲ ਨਹੀਂ ਹੈਗਾ ਸੱਤਵੇਂ ਸ਼ਡਿਊਲ ਦੀ 14ਵੀਂ ਐਂਟਰੀ ਖੇਤੀਬਾੜੀ ਅਤੇ 26ਵੀਂ ਐਂਟਰੀ ਖੇਤੀਬਾੜੀ ਉਪਜ ਦਾ ਮੰਡੀਕਰਨ ਦੋਨੋਂ ਹੀ ਸਟੇਟ ਸਬਜੈਕਟ ਹੈਗੇ ਆ ਕੇਂਦਰ ਨਹੀਂ ਕਾਨੂੰਨ ਬਣਾ ਸਕਦਾ ਮੁੱਖ ਮੰਤਰੀ ਸਾਹਿਬ ਲਿਆਓ ਵਿਧਾਨ ਸਭਾ ਦੇ ਅੰਦਰ ਰੱਦ ਕਰੀਏ ਦੋਸਤੋ ਤੁਹਾਡੀ ਜਾਗਰੂਕਤਾ ਲੋਕਾਂ ਨੂੰ ਪਤਾ ਲੱਗ ਗਿਆ ਵਿਧਾਨ ਸਭਾ ਦੇ ਅੰਦਰ ਰੱਦ ਕਰਨ ਦਾ ਪ੍ਰਸਤਾਵ ਅਤੇ ਡੋਗਰੇ ਬਾਦਲ ਐਂਡ ਕੰਪਨੀ ਸਾਰੇ ਆਊਟ ਹੋ ਗਏ ਕਰੋਨਾ ਦੀ ਆੜ ਦੇ ਵਿੱਚ ਉੱਦਣ ਨਹੀਂ ਬੜੇ ਵਿਧਾਨ ਸਭਾ ਦੇ ਅੰਦਰ ਆ ਦੋ ਜਾਣੇ ਜਿਹਦੇ ਘਰ ਦੇ ਬਾਹਰ ਆਏ ਆਪਾਂ ਇਹ ਦੋ ਵਿਧਾਨ ਸਭਾ ਦੇ ਅੰਦਰ ਇਹਨਾਂ ਦੇ MLA ਮੌਜੂਦ ਸੀ ਮੈਂ ਤਕਰੀਬਨ 20-22 ਮਿੰਟ ਸਪੀਚ ਕੀਤੀ ਮੈਂ ਪੱਲਾ ਅੱਡ ਕੇ ਬੇਨਤੀ ਕੀਤੀ ਵੀ ਦੋਸਤੋ ਅੱਜ ਤੁਸੀਂ ਜਿਹੜਾ ਬਹੁਤ ਸੰਮਤੀ ਨਾਲ ਇਹ ਪ੍ਰਸਤਾਵ ਪਾਸ ਹੋਣਾ ਸਰਬਸੰਮਤੀ ਸ਼ਬਦ ਆ ਸਕਦਾ ਜੇ ਤੁਸੀਂ ਦੋਨੋਂ BJP ਵਾਲੇ ਮੰਨਿਆ ਤੁਸੀਂ ਮੋਦੀ ਦੀ ਪਾਰਟੀ ਵਾਲੇ ਹੋ ਪਰ ਪੰਜਾਬ ਦੇ ਪੁੱਤ ਹੋਣ ਦਾ ਸਬੂਤ ਦਿਓ ਅੱਜ ਉੱਠ ਕੇ ਨਾਲ ਖੜੇ ਹੋ ਜਾਓ ਬਹੁਤ ਸੰਮਤੀ ਦੀ ਜਗ੍ਹਾ ਸਰਬਸੰਮਤੀ ਸ਼ਬਦ ਆਏਗਾ ਇੱਕ ਬਹੁਤ ਵੱਡਾ ਕੇਂਦਰ ਅਤੇ ਦੇਸ਼ ਨੂੰ ਮੈਸੇਜ ਆਏਗਾ ਕਿ ਪੰਜਾਬ ਦੀ ਸਾਰੀ ਅਸੈਂਬਲੀ ਇਸ ਡੈਥ ਵਾਰੰਟ ਖੇਤੀ ਸੁਧਾਰ ਕਾਨੂੰਨ ਆਰਡੀਨੈਂਸ ਦੇ ਵਰਖਿਲਾਫ਼ ਖੜੀ ਹੋ ਗਈ ਹੈ ਮੇਰੇ ਤੋਂ ਬਾਅਦ ਮੁੱਖ ਮੰਤਰੀ ਜੀ ਨੇ ਵੀ ਇਹਨਾਂ ਨੂੰ ਬੇਨਤੀ ਕੀਤੀ ਪਰ ਮੰਨੇ ਨਹੀਂ ਸੋ ਜਿਹੜੀ ਪਾਰਟੀ ਦੀ ਦੋਸਤ ਦਿੱਲੀ ਤੋਂ ਤਾਰ ਹਿੱਲਦੀ ਹੈ ਨਾ ਰਿਮੋਟ ਕੰਟਰੋਲ ਦਿੱਲੀ ਦੇ ਵਿੱਚ ਆ ਉਹ ਪੰਜਾਬ ਦੇ ਨਹੀਂ ਹੋ ਸਕਦੇ ਮੇਰੇ ਤੋਂ ਵੱਡੀ ਉਮਰ ਦੇ ਬਜ਼ੁਰਗ ਸਾਹਿਬਾਨ ਬੈਠੇ ਜਿਨ੍ਹਾਂ ਦਾ ਮੇਰੇ ਤੋਂ ਬਹੁਤ ਵੱਡਾ ਤਜ਼ਰਬਾ ਉਹ ਨਹੀਂ ਦੋਸਤ ਪੰਜਾਬ ਦੇ ਹੋ ਸਕਦੇ ਪੰਜਾਬ ਦੀ ਪਾਰਟੀ ਅੱਜ ਤੁਹਾਨੂੰ ਪ੍ਰਾਊਡ ਆ ਤੁਸੀਂ ਕੜਕਦੀ ਧੁੱਪ ਦੇ ਵਿੱਚ ਆਪਾਂ ਤਾਂ ਸਿਰਫ ਮੋਤਬਰ ਅਹੁਦੇਦਾਰ ਸਾਹਿਬਾਨ ਆਏ ਹਾਂ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਰਿਣੀ ਆ ਅੱਜ ਪੀਸਫੁੱਲ ਤਰੀਕੇ ਨਾਲ ਕਿਉਂਕਿ ਹੁਕਮ ਦੇ ਵਿਚਾਰੇ ਗੁਲਾਮ ਹੈਗੇ ਆ ਇਹਨਾਂ ਨੂੰ ਕੈਪਟਨ ਕਹਿ ਦਿਓ ਮਾਰੋ ਇਹਨਾਂ ਦੇ ਚਾਰ ਧੌਲਾਂ ਦੇ ਫੜਕੇ ਅੰਦਰ ਦੇ ਦਿਓ ਇਹਨਾਂ ਨੇ ਉੱਧਰ ਨੂੰ ਤੁਰ ਪੈਣਾ ਹੁਣ ਕੈਪਟਨ ਵੀ ਇਹ 'ਤੇ ਰਾਜਨੀਤੀ ਕਰਦਾ ਇਹਨਾਂ ਨੂੰ ਕਹਿੰਦਾ ਕੋਈ ਨਹੀਂ ਆ ਲੈਣ ਦਿਓ BJP ਵਾਲਿਆਂ ਦੇ ਘਰ ਦੇ ਨੇੜੇ ਰਾਹੁਲ ਗਾਂਧੀ ਕੀ ਕਰਨ ਆ ਰਿਹਾ ਉਹ ਰਾਹੁਲ ਗਾਂਧੀ ਜਾ ਕੇ ਮੋਦੀ 'ਚ ਟੱਕਰ ਮਾਰ ਸੰਸਦ ਘੇਰ ਪ੍ਰਧਾਨ ਮੰਤਰੀ ਦਾ ਘਰ ਘੇਰ ਪੰਜਾਬ 'ਚ ਕੀ ਕਰਨ ਆ ਰਿਹਾ ਤੂੰ ਬਈ ਰਾਜਨੀਤੀ ਕਿਉਂਕਿ 2-4 ਸਾਲ ਪਹਿਲਾਂ 2017 ਦੀ ਅਸੈਂਬਲੀ 'ਚ ਜਿਹੜੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਗੱਲਾਂ ਕੀਤੀਆਂ ਸੀ ਨਾ ਉਹਦੇ ਕਰਕੇ ਗ੍ਰਾਫ ਥੱਲੇ ਆ ਹੁਣ ਸਿੱਧੂ ਦੀਆਂ ਮਿੰਨਤਾਂ ਕਰਦੇ ਤੁਰੇ ਫਿਰਦੇ ਸੀ ਵੀ ਤੂੰ ਹੀ ਪਿਓ ਆ ਜਾ ਮੈਨੂੰ ਹੈਰਾਨਗੀ ਆ ਉਹ ਬੰਦੇ ਨੂੰ ਗਾਲਾਂ ਕੱਢ ਕੱਢ ਜਲੀਲ ਕੀਤਾ ਇਹਨਾਂ ਨੇ ਉਹਨੂੰ ਇੰਨਾ ਕੁ ਬੇਇੱਜ਼ਤ ਕੀਤਾ ਅਤੇ ਅੱਜ ਉਹਦੇ ਘਰ ਮਤਲਬ ਕਿ ਕਿਸਾਨ ਇਸ਼ੂ ਦੇ ਉੱਤੇ ਸਿਆਸੀ ਰੋਟੀਆਂ ਅਤੇ ਅੱਜ ਮੈਨੂੰ ਇਸ ਗੱਲ ਦਾ ਮਾਣ ਅਤੇ ਫਖਰ ਆ ਜਿੱਥੇ ਕਿਸਾਨ ਜਥੇਬੰਦੀ ਕੋਈ ਕਾਲ ਦਿੰਦੀ ਆ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਆਪੋ ਆਪਣੇ ਜਥੇ ਲੈ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਾ ਦਿੰਦੇ ਹਾਂ ਬਾਦਲਾਂ ਦੀ ਗੱਲ ਕਰ ਲਈਏ ਚੰਡੀਗੜ੍ਹ ਤੁਰ ਪਏ ਚੰਡੀਗੜ੍ਹ ਹੁਣ ਤੁਸੀਂ ਇੱਕ ਗੱਲ ਦੱਸੋ ਇੱਕ ਪ੍ਰਿੰਸੀਪਲ ਦੀ ਸ਼ਿਕਾਇਤ ਟੀਚਰ ਨੂੰ ਕੀਤੀ ਜਾ ਸਕਦੀ ਹੈ ਇਹ ਤੁਰ ਪਏ ਰਾਜਪਾਲ ਕੋਲ ਤੁਸੀਂ ਚੰਦ ਦਿਨ ਪਹਿਲਾਂ ਰਾਸ਼ਟਰਪਤੀ ਕੋਲ ਜਾ ਕੇ ਆਏ ਹੋ ਜਦੋਂ ਰਾਸ਼ਟਰਪਤੀ ਜੀ ਨੇ ਪ੍ਰਵਾਨਗੀ ਦੇ ਉੱਤੇ ਸਾਈਨ ਨਹੀਂ ਸੀ ਕੀਤੇ ਅਤੇ ਹੁਣ ਰਾਜਪਾਲ ਕੋਲ ਕੀ ਬੜੇਵੇਂ ਲੈਣ ਚੱਲੇ ਹੋ ਤੁਸੀਂ ਉਹ ਫੋਕੀ ਰਾਜਨੀਤੀ ਉਹ ਪੁਲਿਸ ਦੇ ਨਾਲ ਪੂਰੀ ਫਿਕਸਿੰਗ ਚਿੱਟੇ ਦੇ ਵਪਾਰੀ ਮਜੀਠੀਏ ਦੇ ਜਦੋਂ ਅਰਧ ਸੈਨਿਕ ਬਲ ਜਿਹੜੇ ਪੁਲਿਸ ਵਾਲੇ ਨਹੀਂ ਸੀ ਤੁਸੀਂ ਲਾਈਵ ਦੇਖਿਆ ਉਹਦੇ 5-7 ਡਾਂਗਾਂ ਮਾਰੀਆਂ ਉਹਨਾਂ ਨੇ ਅਤੇ ਫਿਰ ਭੱਜ ਗਿਆ ਖਾਖੀ ਵਾਲੇ ਆਉਂਦੇ ਆ ਬਚਾਉਣ ਵਾਸਤੇ ਉਹਨੂੰ ਕਿਉਂਕਿ ਰਲਿਆ ਮਿਲਿਆ ਕੰਮ ਹੈ ਨਾ ਉਹਦਾ ਇਹਨਾਂ ਦੀ ਪੂਰੀ ਐਨ ਜੁੰਡਲੀ ਆ ਬਾਦਲ ਕੈਪਟਨ ਦੀ ਭਾਈ ਬਚਾਓ ਇਹ ਤਾਂ ਸਾਡਾ ਸੰਧੀ ਸ਼ੁਦਾ ਰਿਸ਼ਤੇਦਾਰ ਆ ਇਹਦੇ ਨਾਲ ਸਾਡੀ ਸੰਧੀ ਆ 5 ਸਾਲ ਅਸੀਂ ਲਾਉਣੇ ਆ ਅਤੇ 5 ਇਹਨੇ ਲਾਉਣੇ ਆ ਇਹਨਾਂ ਨੂੰ ਤਿਆਰੀ ਕਰਾ ਰਹੇ ਹਾਂ ਅਸੀਂ ਇਹਨਾਂ ਨੂੰ ਕੁੱਟੋ ਨਾ ਇਹਨਾਂ ਨੂੰ ਬਾ ਇੱਜ਼ਤ ਗੱਡੀਆਂ 'ਚ ਬਿਠਾ ਕੇ ਲੈ ਚਲੋ ਅਤੇ ਰਾਤ ਨੂੰ ਉਂਗਲ ਨੂੰ ਚੀਰਾ ਲਾ ਕੇ ਵੀ ਕਹਿਣਾ ਅਸੀਂ ਵੀ ਸ਼ਹੀਦ ਹੋ ਕੇ ਆਏ ਹਾਂ ਪਰ ਪੰਜਾਬ ਦੇ ਲੋਕ ਜਾਣਦੇ ਆ ਕਿਸਾਨਾਂ ਨੇ ਜੁੱਤੀਆਂ ਲਾ ਲਾ ਜਿੱਥੇ ਧਰਨੇ ਲੱਗੇ ਸੀ ਇਹਨਾਂ ਦਾ ਸਵਾਗਤ ਕੀਤਾ
ਪੰਜਾਬ ਦੇ ਲੋਕ ਜਾਣਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ ਤੇ ਰੋੜ ਸਕਦੇ ਆ ਕੁਰਸੀ ਕਰਕੇ, ਜਿਹੜੇ ਗੁਰੂ ਦੇ ਨਹੀਂ ਬਣੇ ਤੇ ਉਹ ਸਾਡੇ ਕਿੱਥੋਂ ਬਣ ਜਾਣਗੇ। ਸੋ ਮੈਂ ਰਿਣੀ ਅੱਜ ਆਪਾਂ ਇੱਥੇ ਸੰਕੇਤਕ ਧਰਨਾ ਦੇ ਕੇ ਪ੍ਰਧਾਨ ਸਾਹਿਬ, ਕਿਉਂਕਿ ਕਸਟੋਡੀਅਨ ਹੈਗੇ ਆ ਕੇਂਦਰ ਦੇ ਅੰਦਰ, NDA ਦੇ ਵਿੱਚ ਅਕਾਲੀ ਦਲ ਨਹੀਂ, ਹੁਣ ਕਸਟੋਡੀਅਨਸ਼ਿਪ ਇਹਨਾਂ ਦੇ ਕੋਲੇ ਆ। ਇਹ ਜਾ ਕੇ ਵਾਸਤਾ ਪਾ ਸਕਦੇ ਆ, ਨਮਕ ਖਾਂਦੇ ਆ ਪੰਜਾਬ ਦਾ, ਇਹ ਪੰਜਾਬ ਦੇ ਜੰਮ ਪਲੇ ਆ। ਇਕੱਲਾ ਸਿੱਖ ਕਿਸਾਨ ਨਹੀਂ, ਇੱਥੇ ਹਿੰਦੂ ਮੁਸਲਿਮ ਸਿੱਖ ਜਿਹੜਾ ਪੰਜਾਬੀ ਹੈ, ਅੱਜ ਉਹਦੇ ਮੌਤ ਦੇ ਵਾਰੰਟ ਆ। ਇਹਨਾਂ ਦੀ ਆਤਮਾ ਜਾਗ ਜਾਵੇ, ਗੁਰੂ ਕਿਰਪਾ ਕਰੇ, ਜਾ ਕੇ ਮੋਦੀ ਅੱਗੇ ਪੱਲਾ ਅੱਡ ਕੇ ਬੇਨਤੀ ਕਰ ਦੇਣ ਵੀ ਛੱਡ ਦੇ ਭਾਈ, ਪੰਜਾਬੀਆਂ ਨਾਲ ਮੱਥਾ ਲਾਇਆ ਤੈਨੂੰ ਮਹਿੰਗਾ ਪੈ ਜਾਣਾ। 370 ਤੋੜ ਲਈ GST, ਨੋਟਬੰਦੀ, ਦੇਸ਼ ਦੇ ਲੋਕ ਸਿਰ ਥੱਲੇ ਨੂੰ ਕਰਕੇ ਡਾਂਗਾ ਖਾਂਦੇ ਰਹੇ। ਇਹ ਉਹ ਲੋਕ ਨਹੀਂ ਹੈਗੇ, ਇਹ ਆਪਣੇ ਅਧਿਕਾਰ ਲੈਣੇ ਜਾਣਦੇ ਆ, ਵੀ ਅਧਿਕਾਰ ਲੈ ਕਿਵੇਂ ਜਾਂਦੇ ਆ। ਇਹ ਉਹ ਪੰਜਾਬੀ ਆ ਜਿਹੜੇ 2% ਆ, ਪਰ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਸ਼ਾਨਾ ਮੱਤਾ ਇਤਿਹਾਸ ਰੱਖਦੇ ਆ। ਹੈਗੇ 2% ਆ, ਪਰ ਚੀਨੀਆਂ ਦੇ ਗੁਲਾਮਿਆਂ ਨੂੰ ਫੜ ਕੇ ਚੀਨ ਦੀ ਸਰਹੱਦ ਦੇ ਅੰਦਰ ਵਾੜੇ ਆਉਂਦੇ ਆ ਜਾ ਕੇ। ਇਹ ਉਹ ਹੈ 1,25,000 ਸੇ ਏਕ ਲੜਾਉ, ਇਹ ਉਹ ਕੌਮ ਹੈਗੀ ਆ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਸ਼ੀਰਵਾਦ ਪ੍ਰਾਪਤ। ਸੋ ਤੁਹਾਡਾ ਸੰਘਰਸ਼ ਅਜਾਈ ਨਹੀਂ ਜਾਣਾ, ਮੇਰੇ ਕੋਲੋਂ ਕੋਰੇ ਸਟਾਮ ਦੇ ਉੱਤੇ ਲਿਖ ਕੇ ਲੈ ਲਓ, ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣਾ ਹੀ ਪੈਣਾ। ਇਤਿਹਾਸ ਲਿਖਿਆ ਜਾਂਦਾ 10 ਸਾਲ ਦਹਾਕੇ ਬਾਅਦ, ਤੇ ਜਿੱਦਣ ਇਤਿਹਾਸ ਲਿਖਿਆ ਜਾਣਾ, ਇਤਿਹਾਸ ਦੇ ਵਿੱਚ ਪਹਿਲਾ ਨਾਮ ਤੁਹਾਡੀ ਪਾਰਟੀ ਦਾ ਆਉਣਾ। ਵੀ ਇਹ ਜਦੋਂ ਪੰਜਾਬ ਦੇ ਬਹੁ ਗਿਣਤੀ ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਖੇਤੀ ਸੁਧਾਰ ਆਰਡੀਨੈਂਸ ਕੀ ਹੈ, ਸਾਈਕਲਾਂ ਦੀਆਂ ਕਾਠੀਆਂ ਤੇ ਤੰਬੂਆਂ ਦੇ ਵਿੱਚ ਸੁੱਤੇ ਤੇ 10 ਲੱਖ ਤੋਂ ਵੱਧ ਪੈਂਫਲੇਟ ਲੋਕਾਂ ਤੱਕ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਵੀ ਉੱਠ ਕੇ ਖੜੇ ਹੋ ਜਾਓ। ਵਾਚਮੈਨ ਚੌਕੀਦਾਰ ਦੀ ਡਿਊਟੀ ਤੁਹਾਡੇ ਕੋਲੇ ਆ, ਚੌਕੀਦਾਰ ਦੋਸਤੋ ਰਾਤ ਨੂੰ ਡਾਂਗ ਖੜਕਾ ਕੇ ਜਾਗਦੇ ਰਹੋ ਦਾ ਪਹਿਰਾ ਲਾਉਂਦਾ। ਜਿਹੜਾ ਚੌਕੀਦਾਰ ਡਾਂਗ ਖੜਕਾ ਕੇ ਜਾਗਦੇ ਰਹੋ ਦਾ ਪਹਿਰਾ ਹੀ ਨਾ ਲਾਵੇ, ਉਹ ਚੌਕੀਦਾਰ ਕਹਾਉਣ ਦਾ ਹੱਕ ਹੀ ਨਹੀਂ ਰੱਖਦਾ। ਸੋ ਤੁਸੀਂ ਵਾਚਮੈਨ ਹੋ, ਇਮਾਨਦਾਰੀ ਨਾਲ ਆਪਣੀ ਚੌਕੀਦਾਰੀ ਕਰਦੇ ਹੋ ਪੰਜਾਬ ਦੇ ਪੰਜਾਬੀਆਂ ਦੀ, ਤੁਹਾਡਾ ਧੰਨਵਾਦ। ਗੁਰੂ ਕਿਰਪਾ ਕਰੇ, ਇਹ ਸਾਹਿਬ ਜਿਹੜਾ ਪ੍ਰਧਾਨ ਆ BJP ਦਾ ਸ਼ਰਮਾ ਸਾਹਿਬ, ਇਹ ਜਾਗ ਜਾਵੇ, ਇਹ ਜਾ ਕੇ ਹਾਹ ਦਾ ਨਾਰਾ ਭਰ ਦੇਵੇ, ਅਤੇ ਗੁਰੂ ਕਿਰਪਾ ਕਰੇ ਇਹਨੂੰ ਵੀ ਅਸੀਸਾਂ ਅਸੀਂ ਦੇਵਾਂਗੇ ਵੀ ਇਹੀ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਿਆ ਆ। ਪਰ ਮੁਸ਼ਕਲ ਲੱਗਦਾ ਕਿਉਂਕਿ ਘਰ ਘਰ ਛੱਡ ਕੇ ਦੱਸਦੇ ਵੀ ਚੰਡੀਗੜ੍ਹ ਬੈਠੇ ਆ ਨਿਆਣਾ ਨਿਕਲ ਲੈ ਕੇ। ਕੱਲ੍ਹ ਹੰਸਰਾਜ ਹੰਸ MP ਸਾਹਿਬ ਦੀ ਇੱਕ ਵੀਡੀਓ ਮੈਂ ਵੀ ਸੁਣੀ, ਉਹ ਕਹਿੰਦੇ ਮੇਰੇ ਜਵਾਕਾਂ ਨੂੰ ਪੁੱਛਣਾ ਕਿ ਉੱਤੇ ਹੋ ਲੱਗਦਾ ਮੇਰੇ ਜਵਾਕਾਂ ਨੂੰ ਦਿਨ ਆ ਜਾਣੇ ਆ ਦੋਸਤ। ਇਹ ਬਾਦਲ ਪੰਜਾਬੀਆਂ ਦੇ ਵਿਦਰੋਹ ਕਾਰਨ ਥੁੱਕ ਕੇ ਚੱਟਣ ਲਈ ਮਜਬੂਰ ਹੋਏ, ਉਹੀ ਬਾਦਲ ਟੱਬਰ ਜਿਹੜਾ 5-7 ਦਿਨ ਪਹਿਲਾਂ ਅਸਤੀਫੇ ਤੋਂ ਗੋਗੇ ਗਾਉਂਦਾ ਸੀ ਮੋਦੀ ਦੇ। ਬੀਬੀ ਦਾ ਅਸਤੀਫਾ ਪੜ੍ਹ ਕੇ ਦੇਖ ਲਓ, ਅਸਤੀਫਾ ਘੱਟ ਆ, ਮੋਦੀ ਦੇ ਗੁਣਗਾਣ ਜ਼ਿਆਦਾ ਉਹਦੇ 'ਚ, ਸਰਕਾਰ ਦੇ ਗੁਣਗਾਣ ਜ਼ਿਆਦਾ ਹੈਗੇ ਆ। ਸੋ ਇਸ ਕਰਕੇ ਇਹ ਲੋਕ ਡਰਪੋਕ ਨਸਲ ਹੈਗੇ ਆ, ਜਿਹੜੇ ਦੌੜ ਕੇ ਚੰਡੀਗੜ੍ਹ ਜਾ ਬੈਠੇ ਆ, ਅਤੇ ਪੰਜਾਬ ਦਾ ਪੰਜਾਬੀ ਚਾਹੇ ਉਹ ਕਿਸਾਨ ਆ, ਖੇਤ ਮਜ਼ਦੂਰ ਆ, ਰੇਹੜੀ ਰਿਕਸ਼ਾ, ਉਹ ਪ੍ਰੋਫੈਸ਼ਨਲ ਆ, ਉਹ ਕਾਰਖਾਨੇਦਾਰ, ਉਹ ਦੁਕਾਨਦਾਰ, ਕਦੇ ਵੀ ਕਿਸਾਨ ਦਾ ਸਾਥ ਨਹੀਂ ਛੱਡੂ। ਕਿਉਂਕਿ ਲੋਕਾਂ ਨੂੰ ਪਤਾ ਜੇ ਕਿਸਾਨ ਦੀ ਜੇਬ 'ਚ ਪੈਸੇ ਆ, ਸਾਈਕਲ ਸਕੂਟਰ ਮੋਟਰਸਾਈਕਲ ਕਾਰਾਂ ਸੋਨਾ ਦੋਸਤੋ, ਇਹ ਤਾਂ ਹੀ ਤੁਰਨਾ ਕੰਮ, ਇਹ ਦੁਕਾਨਾਂ ਫੈਕਟਰੀਆਂ ਵਪਾਰ, ਇਕਾਨਮੀ ਬੇਸਡ ਔਨ ਐਗਰੀਕਲਚਰ ਸਟੇਟ ਆ ਸਾਡੀ, ਅਸੀਂ ਖੇਤੀ ਆਧਾਰ ਸੂਬੇ ਦੇ ਵਾਰਸ ਹਾਂ, ਕਿੱਦਾਂ ਆਪਣੇ ਮੌਤ ਦੇ ਵਾਰੰਟਾਂ ਦੇ ਉੱਤੇ ਸਾਈਨ ਕਰ ਦਈਏ, ਇਹ ਕਦੇ ਨਹੀਂ ਹੋ ਸਕਦਾ। ਬਹੁਤ ਬਹੁਤ ਧੰਨਵਾਦ, ਆਪੋ ਆਪਣੀਆਂ ਗੱਡੀਆਂ 'ਚ ਬੈਠ ਕੇ ਹੁਣ ਆਪੋ ਆਪਣੇ ਘਰਾਂ ਨੂੰ ਰਵਾਨਗੀ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।